लेके बाबे का ना मार दी सल्फ। ਟੈਟਾਂ ਦੇਖੋ ਭਾਈ ਟਰੱਕ ਮੰਗਣ ਆਉਂਦੇ ਤੇ ਇਹਨਾਂ ਨੂੰ ਪਹਿਲੇ ਟਾਈਮ ਚ ਅਨਾਟਕਰ ਨੂੰ ਵੇਖਣ ਜੇ ਟਾਟਕਰ ਨੂੰ ਵੇ ਉਹਦੇ ਵਿੱਚ ਲੈਟਾ ਉਹਨਾਂ ਵਿੱਚ ਇਹ ਇਹਨਾਂ ਨੂੰ ਆਉਂਦੇ ਦੇਣਾ ਜੀ ਹਾਂ ਇੱਕ ਟਰੈਕਟਰ 4511 ਹੋਇਆ ਕਰਦਾ ਦਾ ਪਹਿਲਾਂ ਅੱਛਾ ਜੀ ਉਹ ਟਰੈਕਟਰ ਦਾ ਉਹ ਵੀ ਚੀਜ਼ ਹੈ ਚੀਜ਼ ਇੱਕ ਨੰਬਰ ਆ ਚੀਜ਼ ਇੱਕ ਨੰਬਰ ਆ ਲੋਹਾ ਪੁਰਾਣੇ ਇਹ ਤਕੜਾ ਏ ਹੁਣ ਵਾਲਾ ਲੋਹਾ ਨਹੀਂ ਹੈਗਾ ਹੈਵੀ ਲੋਹਾ ਲੱਗਿਆ ਵਾ ਭਾਈ ਜਦ ਦੇ ਟਾਈਮ ਮੈਂ ਕੰਪਨੀ ਨੇ ਦੇਖ ਲਓ ਜਿਹੜਾ ਲਾਤਾ ਲਓ ਜੀ ਇੱਧਰ ਪ੍ਰਧਾਨ ਜੀ ਸ੍ਰੀ ਅਕਾਲ ਜੀ ਜੱਗਾ ਬਾਈ छब्बी लाके बड़ी है तुसी देख लो भी पक्की पीती वड होंदी बाकी गुजर कटर मार के गए है किन्ने चकना जी नहीं हुण क्या चकना मैंने गल गया भाई दान पुने करता हुण उहनां ने दिन पानी नहीं सुकना उहतों बाद महीना फिर मशीन नहीं चलनी सही गल जानी और इहदे विच तुर के देखो भाई विचे कर जाना पार नहीं जा सकदा बंदा नहीं जांदा हो सकदा फिर होर जीरी दा बीज हुंदा हुण लगदा दोबारा भाई ऐसा बीज हुंदा दोबारा लगदा ओ लग सकदा दोबारा लाउणा कोई बीज हुण किथे लगणे दोबारा जी पहली नहीं सिरे चढ़दी नहीं प्रधान जी जेहड़े तुसी परला खेत है ਤੁਸੀਂ ਕਹਿੰਦੇ ਸਾਗਰ ਕਾ ਦਾ ਦਬਰੀ ਸਾਗਰ ਕਾ ਮੈਨੂੰ ਆਇਆ ਕਰਤਾ ਜਾਲਾ ਜਾ ਪਾਤਾ ਜਾਲਾ ਜਾ ਪਾਤਾ ਸਾਗਰ ਕਾ ਨੇ ਦੇਖ ਲਓ ਵੀ ਕਿੰਨੇ ਦਿਨ ਵੱਡੇ ਨੂੰ ਹੋ ਗਏ ਉਹ ਖੇਤ ਪ੍ਰਧਾਨ ਕਹਿੰਦਾ ਸੁੱਕਾ ਹੁੰਦਾ ਤਾਂ ਉਹ ਵੀ ਗਿੱਲਾ ਪਿਆ ਮੈਨੂੰ ਲੱਗਦਾ ਵੀ ਸਾਗਰ ਕਾ ਦਾ ਫਰਕ ਆ ਬਈ ਦੋ ਮੰਨਾਂ 'ਚ ਫਸਿਆ ਪਿਆ ਜਾਂ ਵੀ ਬੀਜਦੀ ਏ ਕਿ ਰਹਿਣ ਦੀ ਏ ਬੀਜਦੀ ਏ ਹੁਣ ਮੀਂਹ ਦੱਸਿਆ ਮੈਂ ਤਾਂ ਕਹਿੰਦਾ ਨਾ ਪਵੇ ਨੁਕਸਾਨ ਪਹਿਲੇ ਲੋਕਾਂ ਦਾ ਬਹੁਤ ਹੋ ਗਿਆ ਜੀ ਖਰਚਾ ਜ਼ਿਆਦਾ ਹੋ ਜਾਣਾ ਜ਼ਿਆਦਾ ਜੀ ਹਲੇ ਪਤਾ ਹੈ ਨਹੀਂ ਬਣ ਜੂਗਾ ਖੇਤ ਕਿ ਨਹੀਂ 7000 ਰੁਪਏ ਦਾ ਬੀਜ ਆ ਬੱਲਾ ਬੱਲਾ ਬਾਹੀਆਂ ਹੋਣੀਆਂ ਜੀ ਹਾਂ ਜੀ ਹੁਣ 6-7 ਤਰੀਕ ਨੂੰ ਬੀਜਦੇ ਆ ਮੀਂਹ ਦੱਸਿਆ ਹੋਇਆ ਫਿਰ ਲੇਟ ਹੁੰਦੀ ਕਣਕ ਵੀ ਜਾਵੇ ਲਿਕਣਾ ਹੁਣ ਆਲੂ ਖਰਾਬ ਹੋਏ ਜੀ ਲੋਕਾਂ ਦੇ ਦੁਬਾਰਾ ਬੀਜਣੇ ਪਏ ਬੀਜਣੇ ਪਈ ਪੈਣਗੇ ਲੇਖੋ ਭਾਈ ਰਸਤੇ ਵੀ ਗਿੱਲੇ ਇੱਧਰ ਕਿੰਨਾ ਪਾਣੀ ਬੱਲਾ ਬੱਲਾ ਗੰਨੇ ਚ ਇਹ ਨੀਵੇਂ ਖੇਤ ਆ ਜੀ ਪਿੰਡ ਤੇ ਆਉਂਦਾ ਅੱਛਾ ਆਪਣੇ ਪਿੰਡ ਦਾ ਪਾਣੀ ਉਰੇ ਨੂੰ ਹੋ ਕੇ ਲੰਘਦਾ ਸਹੀ ਆ ਭਾਈ ਹੁਣ ਤਾਂ ਕੰਬਾਈਨ ਵੀ ਨਹੀਂ ਆਉਣੀ ਹੁਣ ਤਾਂ ਮੁੰਜਰੇ ਵੱਢਣੇ ਪੈਣੇ ਆ ਤੀਆਂ ਸਮੇਂ ਦੀ ਗੱਲ ਆ ਪਹਿਲੀ 2 ਤਰੀਕ ਤੋਂ ਪ੍ਰਧਾਨ ਜੀ ਮੰਡੀਆਂ ਜੀਰੀ ਦੇ ਗੜੇ ਲੱਗ ਜਾਂਦੇ ਤੇ ਆ ਪਹਿਲੀ 2 ਨੂੰ ਅੱਜ ਕਿਹਾ ਹਾਲ ਮੁੰਜਰਾ ਵੀ ਨਹੀਂ ਤੇ ਲੋਟਾਉਣੀ ਜੀ ਆ ਦੇਖ ਲਓ ਕਿਹੜੇ ਹਿਸਾਬ ਨਾਲ ਪਾਣੀ ਹੈ ਕਿੰਨੀਆਂ ਸਾਲ ਵੱਡੀਆਂ ਨੇ ਨਾ ਤੁਸੀਂ ਜੀ ਨਹੀਂ ਭੋਲੂ ਸਲੀਪ ਕੁਲਦੀਪ ਨੇ ਵੱਡੀਆਂ ਗਿਆ ਯਾਰ ਜੱਗੇ ਆਪਾਂ ਨਹੀਂ ਵੱਟ ਕੇ ਦੇਖੇ ਖੁੰਜਾ ਵੀ ਨਹੀਂ ਵੱਢ ਹੁੰਦਾ ਇੰਨਾ ਪ੍ਰਧਾਨ ਸਾਡੇ ਵਾਲੀ ਸਾਈਡ ਨਹੀਂ ਹੈਗਾ ਉਹ ਤਾਂ ਸੂਏ ਪਾਰ ਵਾਲੀ ਸਾਈਡ ਪਾਣੀ ਆ ਦੇਖੋ ਜੀ ਭਾਖੜਾ ਡੈਮ ਚੱਲਦਾ गन्ने नेत्र भाई चोई मन हो गया जेड़ा चोई का भी आई हाल होना लो जी इधर प्रधान जी ने कम खिंचया वे देखो कटर चलता 35-11 पिछे नजारा लिया वे नजारा प्रधान जी ने भाई नजारा लिया वे देखो हाँ भी पाउंदा खलारे प्रधान दबदा कि ट्रैक्टर भी नहीं दबदा है बखी पार सौदा झूंडे मारे बट के परे
देखो भाई है चीज है ट्रैक्टर है भाई HMT ये को है गए है। प्रधान ने वधिया बनाया भाई ट्रैक्टर क्या जबी बीजने सलाह प्रधान दी बाकी देखते हैं बाकी भाई देख लेंगे प्रधान पूछ लेंगे प्रधान जग्गा कहना ना प्रधान दवे ना ट्रैक्टर दवे ना तो बाकी ट्रैक्टर दी नहीं बटी है कि जुंडेरी जरूर बट गई प्रधान चीज है ट्रैक्टर ठीक है भाई बट ट्रैक्टर ठीक है जिन्ने जोगे है कि प्रधान कहना काम करदा है उना कहे हां टूल कट गुल्ली रखी हुई है बढ़िया काम करदा बढ़िया काम करदा नहीं करदी मैं दो तीन चाबी है ना सोच रहे ने प्रधान मारी दत्ता घंटा लग गई हां घंटा के लग गया सवा घंटा फिर मैं चले भी ठीक वैसे ओ फूस फरास ज्यादा है तो कटे जी बहुता नहीं है लड्डू बटू फिर भी परली साइड ज्यादा ही गिल सिस्टम खराब है हफ्ते च महीने दस दिखली बारी भी मैं पांच स्प्रे कर ਗੋਲੀ ਡੰਡੇ ਦੀ ਸਪਰੇ ਦੀ 2000 ਬਚ ਗਏ ਉਹੀ ਬਹੁਤ ਆ ਸਾਰਾ ਜੰਮ ਲੈਣਾ ਜਿਹੜਾ ਜੰਮਣਾ ਬਹੁਤ ਟਾਈਮ ਪਿਆ ਯਾਰ ਨਹੀਂ ਜੱਗੇ ਛੱਕਿਆ ਗੋਲੀ ਡੰਡੇ ਦਾ ਬਾਈ ਦੁਨੀਆ ਭਰ ਦਾ ਗੋਲੀ ਡੰਡਾ ਹੁੰਦਾ ਫਿਰ ਵੀ ਗੋਲੀ ਡੰਡਾ ਦਾ ਬਾਈ ਚੀਜ਼ ਇਹ ਜੀ ਹੈ ਇਹ ਧਰਤੀ ਦੇ ਵਿੱਚੇ ਵੜ ਗਿਆ ਮੈਨੂੰ 2 ਸਾਲ ਜੇ ਵੀ ਬੀਤੇ ਨੂੰ ਹੋ ਗਏ ਮੈਂ ਕਹਿੰਦਾ ਵੀ ਐ ਲੱਗਦੇ ਕਿਣਾ ਪੜੋਸੀਆਂ ਦਾ ਵੀ ਜੰਮ ਗਿਆ ਹੁੰਦਾ ਇਹਦੇ ਇੱਕ ਕਹਾਵਤੇ ਆ ਇਹਦਾ ਹੁਣ ਵਿੱਚੇ ਰਹਿ ਗਿਆ ਹਾਂ ਪਰ ਮੈਨੂੰ ਐ ਲੱਗਦਾ ਵੀ ਇੱਕ ਸਿਰਫ ਇਹਨੂੰ ਗੰਨੇ ਵਾਲਾ ਖੇਤ ਖਤਮ ਕਰਦਾ ਦਵਾਈਆਂ ਜਿਹੜਾ ਪੈਂਦੇ ਸੀ ਨਹੀਂ ਗਲ ਜਾਂਦਾ ਥੱਲੇ ਗਲ ਜਾਂਦਾ ਬੀਜ ਨਹੀਂ ਆਉਂਦਾ ਹਾਂ ਬੀਜ ਨਹੀਂ ਆਉਂਦਾ ਇਹਦੇ ਵਿੱਚ ਤਾਂ ਗੁਲੀ ਡੰਡਾ ਤੁਹਾਨੂੰ ਦਿਖਾ ਦੂੰਗਾ बाकी पाड़ू ओ बाकी आए आ भी रब पांच करें तो पकड़ दे एन कड़तन जी महीना डेढ़ महीना तो पढ़ाई चली जानी है की दो डेढ़ महीना आ देख ला कद पकनी है इथे भी कणके बीजनी है तेरी उरे दी बीज होगी वेला रख के कोई फायदा नहीं तेरा पापा कहंदा तेनू फोल अच्छा मान ले ओदी है सलाह ठीक हुंदी है हां सलाह ठीक है विच गिल्ली पाई पानी वरगी सही है अज सुक जानी शाम तक है हुण धरती नु भी हवा लग जूगी देखो जी इधर ट्रैक्टर प्रधान कहंदा जे किते 13 दे टायर पवा दमा आपा पौणे नहीं हले पौणे नहीं हले फिर तक तो बच जानी हां पौणे मैं 13 दे जानी पाऊंगा ए हुण 12 च है ना जी हां 13 ने मगर स्लिप कटदा ट्रैक्टर नहीं पिछे मुड़दा ट्रैक्टर नहीं मुड़दा अच्छा टायरां कलो कमी है थोड़ी जी कोई ना हुण मैं पवा देने थोड़ा जिहा 13 दे 13 दे पौणे ਘਰ ਵਾਰ ਵੀ ਦੇਖ ਕੇ ਚੱਲਣਾ ਰੇਡੀਅਲ ਪਾਏ ਬਰਦਾ ਹੈ ਰੇਡੀਅਲ ਚ ਆਏ ਆ ਜੀ ਮਤਲਬ ਸਲਿੱਪ ਨਹੀਂ ਮਾਰਦਾ ਗੁੱਡੀ ਦੂਰ ਹੋ ਜਾਂਦੀ ਹੈ ਅੱਛਾ ਬੱਖੀ ਪਾੜਦਾ ਫਟੇਟਰ ਦੀ ਫਟੇਟਰ ਦੀ ਕਿਆ ਬੱਖੀ ਪੜਨੀ ਹੈ ਜਿਹੜੀ ਵਧੀਆ ਕੰਮ ਦੇਈ ਜਾਂਦਾ ਜਿਹਨੇ ਪ੍ਰਧਾਨ ਕਹਿੰਦਾ ਆਪਾਂ ਚੀਜ਼ ਓਡੀ ਕਪਾਈ ਦੀ ਜਿੱਡਾ ਕਾ ਹੈਗਾ ਇਹ ਕਿਸੇ ਨੂੰ ਦੇਖ ਕੇ ਬੜਾ ਸੰਦ ਨਹੀਂ ਪਾਉਣਾ ਪਿੱਛੇ ਫੇਰ ਤਾਂ ਖਤਮ ਨਹੀਂ ਪ੍ਰਧਾਨ ਬੜਾ ਜਿੰਨੇ ਜੋਗਾ ਹੈਗਾ ਉਹਨਾਂ ਕਰੂਗਾ ਉਹਨਾਂ ਕਰਦਾ ਵਧੀਆ ਕੰਮ ਦਿੰਦਾ ਬਈ ਆਪਣਾ ਪ੍ਰਧਾਨ ਨੇ ਰੋਟਾਵੇਟਰ ਲਾ ਕੇ ਦੇ ਤੇ ਘੇੜੇਗਾ ਨਾ ਮੈਂ ਇਹਦਾ ਚੀਜ਼ ਬਹੁਤ ਜ਼ਿਆਦਾ ਹੋਈ ਬੱਕੀ ਜੀ ਡੈਡੀ ਮਸ਼ੀਨ ਪਾ ਲਈ ਦੀ ਵਜਨ ਜ਼ਿਆਦਾ ਵਜਨ ਜ਼ਿਆਦਾ ਪਾ ਲਿਆ ਫਿਰ ਡਾਈ ਦੇ ਦੋ ਥੈਲੇ ਪਾ ਲਏ ਰੋਟਾਵੇਟਰ ਵਾਲੀ ਮਸ਼ੀਨੇ ਪਾ ਲਈ ਦੀ ਹਾਂ ਬੋਲਾ ਬੋਲਾ ਕਿਆ ਟੁੱਕਿਆ ਹੋਗਾ ਦੀ ਫਿਰ ਹੈ ਵਿੱਚ ਕੋਈ ਟੁੱਟ ਗਿਆ ਤਾਂ ਸੈੱਟ ਵਜੇ ਥੋੜਾ ਜਿਹਾ ਰਗੜਦਾ ਜੇ ਜੱਗੇ ਨਾਟ ਕੇ ਰਾਤਾ ਪਾੜ ਦੋ ਬੱਕੀ ਉਹਦਾ ਬਹੁਤ ਤਕੜਾ ਹੋਊਗਾ ਜੀ ਉਹ ਬੜਾ ਉਹ ਟਾਈਟ ਬਹੁਤ ਬੜਾ
ਇੱਟਾਂ ਦੇਖੋ ਬਾਈ ਟਰੱਕ ਮੰਗਣ ਆਉਂਦੇ ਤੇ ਇਹਨਾਂ ਨੂੰ ਪਹਿਲੇ ਟਾਈਮ 'ਚ ਨਾਟਕ ਕਰਨ ਵੀ ਆਕਣੀ ਹੈਗਾ ਲੋਹਾ ਪ੍ਰਧਾਨ ਇਹ ਤਕੜਾ ਏ ਹੁਣ ਆਲਾ ਲੋਹਾ ਨੀ ਹੈਗਾ ਹੈਵੀ ਲੋਹਾ ਲੱਗਿਆ ਬਾਈ ਜਦ ਦੇ ਟਾਈਮ ਮੈਂ ਕੰਪਨੀ ਨੂੰ ਦੇਖ ਲਓ ਜਿਹੜਾ ਲਾਤਾ ਬਾਕੀ ਆਏ ਆ ਮਾੜਾ ਮੋਟਾ ਕੰਮ ਕਰਾਈ ਜਾਵੇ ਫੇਰ ਨੀ ਜਾਂਦਾ ਕਿਤੇ ਕੰਮ ਕਰਾਈ ਜਾਵੇ ਟੇਪ ਕਰਾਤੀ ਤੇ ਮੁੰਡੇ ਨੇ ਫਿਰ ਟੇਪ ਵਧੀਆ ਕਰਿਆ ਟੇਪ ਵਧੀਆ ਏ ਫਿਰ ਬੈਟਰੀ ਦਿਖਾਈ ਹੁਣ ਭਾਈ ਬੈਟਰੀ 3000 ਰੁਪਏ ਦੀ ਉਹ ਵੀ ਜ਼ਰੂਰੀ ਦੀ ਸਟਾਰਟ ਨਹੀਂ ਹੁੰਦਾ ਤਾਂ ਧੱਕਾ ਲਾਉਣਾ ਵੀ ਔਖਾ ਦਾ ਹਾਂ ਧੱਕਾ ਖੇਤ ਮਨ ਲੱਗਦਾ ਖੇਤ ਮਾ ਬੰਦ ਹੋ ਜੀ ਔਖਾ ਹੋ ਜਾਂਦਾ ਬਹੁਤ ਜੀ ਬਹੁਤ ਇਹ ਲਾ ਆ ਵੀ ਨਾਲੇ ਲੱਗੇ ਵੇ ਤੇ ਹਾਂ ਸਾਰਾ ਕੁਝ ਨਾਲ ਇੰਡੀਕੇਟਰ ਹੈ ਸਾਈਡ ਨੂੰ ਕੀ ਬਾਤ ਹੈ ਠੀਕ ਹੈ ਭਾਈ ਬਾਕੀ ਜਿੰਨਾ ਕਹਿੰਦੇ ਕੰਮ ਕਰਤਾ ਆਪਣਾ ਕਰਤਾ ਦੇਖ ਲਓ ਕੀਲਾ ਬੜੇ ਟਰੈਕਟਰ ਨੇ ਵੀ ਕਰਨਾ ਛੋਟੇ ਨੇ ਵੀ ਕਰਤਾ ਕੰਮ ਤਾਂ ਸਾਰੇ ਕਰਦਾ ਇਹ ਹੌਲੀ ਕਰ ਦੋ ਕੰਮ ਕਰਦੇ ਫਿਰ ਅਸੀਂ ਕੱਚੂ ਮੂੰਗੋ ਹਲੇ ਨਹੀਂ ਲੱਗੇ ਰਹੀਦਾ ਬਾਈ ਆ ਸਾਡਾ ਖੂਨ ਗਰਮ ਨਹੀਂ ਪ੍ਰਧਾਨ ਕੇ ਨਾ ਜਵੇਂ ਨਹੀਂ ਹੈਗਾ ਜੱਗਾ ਕਹਿੰਦਾ ਨਾ ਮਾਸੜ ਦਵੇ ਨਾ ਪ੍ਰਧਾਨ ਦਵੇ ਜੱਗੇ ਪਿੱਛੇ ਖੜ ਕੇ ਜਾਣਾ ਬਾ ਠੀਕ ਆ ਸੱਪ ਚੜ ਗਿਆ ਤਾਂ ਪਹਿਲਾਂ ਲੈ ਕੇ ਬਾਬੇ ਦਾ ਨਾਂ ਮਾਰਦੀ ਸਲਫ ਉਹ ਜੱਗੇ ਵੇਟ ਨਾ ਪਾ ਪਿੱਛੇ ਪਿੱਛੇ ਖੜਾ ਮੈਂ ਕਿਹਾ ਵਜਨ ਦਿੰਦਾ ਲਓ ਜੀ ਇੱਧਰ ਦੇਖੋ ਪੂਰੀ ਟੀਮ ਖੇਡਣ ਲੱਗੀ ਵੀ ਬੱਚਿਆਂ ਦੀ ਪੰਮੂ ਸਤਿ ਸ਼੍ਰੀ ਅਕਾਲ ਬਾਈ ਚੱਪਲ ਥੱਲੇ ਰੱਖ ਦੇ ਸਤਿ ਸ਼੍ਰੀ ਅਕਾਲ ਬੁਲਾ ਜਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਕੀ ਕਰਦੇ ਆ ਕਿਆ ਖੇਲਦੇ ਖੇਲੀ ਜੋ ਮਰਜ਼ੀ ਆ ਉਹ ਟਾਕੇ ਦਰਵਾਜ਼ਿਆਂ ਨੂੰ ਨਾ ਛੇੜੋ ਠੀਕ ਆ ਹਾਲੇ ਪੇਂਟ ਗਿੱਲਾ ਏ ਪਰ ਵੀ ਥੱਲੇ ਬਹਿ ਜਾ ਠੀਕ ਆ ਦੇਖੋ ਜੀ ਕਾਕਾ ਇੱਧਰ ਹਰਦਾ ਨੀ ਕਿੱਕਣਾ ਬੈਠੇ ਦੇਖ ਲਓ ਇਹ ਟੈਲਾਂ ਦੀ ਮੌਜ ਹੈ